यस बेटे सतगुर नानक प्रगटिया रचना आप मॉर्निंग की जो अपना फर्स्ट पीरियड लग्या आप इस समझिया भाई गुरदास जी बारे समझिया कि भाई गुरदास जी इस रचना के रचनाहार तो हुए हैं होर उन्होंने खूबियां सन कि उन्होंने वारा रचिया उन्होंने वारा का विषय अध्यात्मक होया उन्होंने रचिया हुई वारा चाली हैं तो पौड़िया 912 ने केड़ी केड़ी भाषा के उन्होंने चोखा ज्ञान है और उन्होंने मुढ़ला जीवन कितने बिताया ये सारे क्वेश्चन नोट करो बेटे पहले फर्स्ट क्वेश्चन इज सतगुरु नानक प्रगटिया रचना किसी रची हुई है सेकंड क्वेश्चन भाई गुरदास जी ने किन्नियां वारा रचियां हैं भाई गुरदास जी ने किन्नियां वारा रचियां नाल दी नाल आंसर बोलो फिर आंसर भी हो जाएंगे बेटे एक या दो शब्दों च लिखने हैं पर काव्य रचनावां दे वन मार्क क्वेश्चन ही आने हैं हां जी बच्चे बोलो बोलो बच्चे तानिया सब बच्चों की पार्टिसिपेशन होनी चाहिए है मैम 40 वारा रचियां 40 वारा रचियां ने हुण अगे अगला क्वेश्चन है भाई गुरदास जी दी वारा का विषय की है दिव्यांश अध्यात्मक अध्यात्मक वेरी गुड ये भी थोड़े इंटरनल असेसमेंट का पार्ट है अध्यात्मक 40 वारा नाल दी नाल क्वेश्चंस लिखे जाओ भाई गुरदास जी ने अपना मुढ़ला जीवन कित्थे बिताया दिव्यांश मुढ़ला जीवन कित्थे बिताया गोविंदवाल गोइंदवाल साहिब ते सुल्तानपुर लोधी गोइंदवाल साहिब ते सुल्तानपुर लोधी ठीक है नेक्स्ट भाई गुरदास जी नु किसी कुंजी क्या जाता है अगला क्वेश्चन गुरबानी दी कुंजी वेरी गुड एक्जेक्टली गुरबानी दी कुंजी कहा जाता है भाई गुरदास जी ने कितने साल दी अंतिक मेहनत नाल की लिखिया यस की लिखिया कितने साल ग्रंथ साहिब गुरु ग्रंथ साहिब गुरु ग्रंथ साहिब अपने हाथ नाल कितने साल दी मेहनत किन्ने साल दी मेहनत 19 साल दी मेहनत अंतक मेहनत सदका मुकम्मल किता भाई गुरदास जी किसे भतीजे हुए हन गुरु अमरदास वेरी गुड गुरु अमरदास जी दे गुरु अमरदास जी जो सिखां दे तीसरे गुरु केड़े गुरु से बाने उन्हां नूं सिख मत दे प्रचार ले चुनिया भाई गुरदास जी नूं ਕਿਹੜੇ ਗੁਰੂ ਸਾਹਿਬਾਨ ਨੇ ਸਿੱਖ ਮਤ ਦੇ ਪ੍ਰਚਾਰ ਲਈ ਚੁਣਿਆ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਮੇਰੇ ਬੇਟੇ ਬੋਲੋ ਉਹਨਾਂ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ ਭਾਸ਼ਾਵਾਂ ਦਾ ਗਿਆਨ ਸੰਸਕ੍ਰਿਤ ਬ੍ਰਿਜ ਫਾਰਸੀ ਤੇ ਪੰਜਾਬੀ ਭਾਸ਼ਾ ਫਾਰਸੀ ਤੇ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਪੰਜਾਬੀ ਠੀਕ ਹੈ ਤਾਂ ਚੋਖਾ ਗਿਆਨ ਸੀ ਨੈਕਸਟ ਭਾਈ ਗੁਰਦਾਸ ਜੀ ਨੇ ਕਿਹੜੇ ਗੁਰੂ ਸਾਹਿਬਾਨ ਦੇ ਸਾਹਮਣੇ ਅਕਾਲ ਚਲਾਣਾ ਕੀਤਾ ਛੇਵੇਂ ਗੁਰੂ ਹਰਗੋਬਿੰਦ ਜੀ ਇਹ ਆਪਾਂ ਮਾਰਨਿੰਗ ਚ ਡਿਸਕਸ ਨਹੀਂ ਕੀਤਾ 1637 ਵਿੱਚ ਅਕਾਲ ਚਲਾਣਾ ਕਰਕੇ ਗਏ ਹੈ 1559 ਵਿੱਚ ਜਨਮ ਹੋਇਆ ਉਹਨਾਂ ਦਾ ਸਮਾਂ ਕੀ ਹੈ ਫਿਰ ਸਮਾਂ ਆਉਂਦਾ ਹੈ ਇਸ ਤਰ੍ਹਾਂ ਲਿਖਦੇ ਹਾਂ 1559 ਤੋਂ 1637 ਠੀਕ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸਮਾਂ ਗੁਰੂ ਅਰਜਨ ਦੇਵ ਜੀ ਦਾ ਸਮਾਂ ਬੋਲੋ ਬੱਚੇ 1563 ਤੋਂ 1606 1606 ਜੀਵਨ ਕਾਲ ਕਹਿੰਦੇ ਆ ਜਿਹੜੀ ਰਚਨਾ ਆਪਾਂ ਪੜ੍ਹੀ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅੱਜ ਉਹਦਾ ਤੁਹਾਡਾ ਗੂਗਲ ਫਾਰਮ ਚ ਟੈਸਟ ਆਉਣਾ
ਤੇ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਕੁਐਸਚਨਸ ਵੀ ਆਣੇ ਔਰ ਰਚਨਾ ਦੇ ਅਕੋਰਡਿੰਗ ਵੀ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ, ਸ਼ਹੀਦਾਂ ਦੇ ਸਰਤਾਜ, ਠੀਕ ਹੈ, ਔਰ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ, ਉਹਨਾਂ ਨੇ 2218 ਸ਼ਬਦ ਉਚਾਰੇ ਨੇ, ਉਹਨਾਂ ਦੀ ਪ੍ਰਸਿੱਧ ਬਾਣੀ ਸੁਖਮਨੀ ਸਾਹਿਬ, ਤੇ ਉਹਨਾਂ ਨੇ ਵੀ ਇੱਕ ਮਹਾਨ ਕਾਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਠੀਕ ਹੈ। ਉਹਨਾਂ ਦਾ ਜੀਵਨ ਕਾਲ 1563 ਤੋਂ ਲੈ ਕੇ 1606 ਤੱਕ ਦਾ ਸਮਾਂ ਹੈ ਉਹਨਾਂ ਦੇ ਜੀਵਨ ਕਾਲ ਦਾ। ਉਹਨਾਂ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਇੱਕ ਨਵੇਕਲੀ ਥਾਂ ਰੱਖਦੀ ਹੈ। ਉਹਨਾਂ ਦੇ ਵੱਡੇ ਭਰਾ ਦਾ ਨਾਮ ਪ੍ਰਿਥੀ ਚੰਦ, ਤਿੰਨ ਭਰਾ ਸਨ ਉਹ, ਉਹਨਾਂ ਦੇ ਦੋ ਹੋਰ ਭਰਾ ਨੇ, ਇੱਕ ਪ੍ਰਿਥੀ ਚੰਦ ਤੇ ਦੂਸਰਾ ਮਹਾਦੇਵ। ਗੁਰੂ ਅਰਜਨ ਦੇਵ ਜੀ ਦੋਹਾਂ ਤੋਂ ਛੋਟੇ ਸਨ, ਪਰ ਗੁਰਗੱਦੀ ਗੁਰੂ ਰਾਮਦਾਸ ਜੀ ਨੇ ਕਿਹਨਾਂ ਨੂੰ ਦਿੱਤੀ? ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ। ਇਹਦਾ ਮਤਲਬ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਹਨ। ਉਹਨਾਂ ਨੇ ਕਿਹੜੇ ਕਿਹੜੇ ਨਗਰ ਵਸਾਏ? ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਤੋਂ ਰਖਵਾਇਆ ਗੁਰੂ ਅਰਜਨ ਦੇਵ ਜੀ ਨੇ? ਸਾਈਂ ਸਲਮਾਨ ਫਕੀਰ, ਸਾਈਂ ਨਿਆਮੀ। ਬਾਕੀ ਕੁਸ਼ਚਨ ਜਿਹੜੇ ਨੇ ਉਹ ਲੈਸਨ ਦੇ ਅਕੋਰਡਿੰਗ ਆਉਣੇ ਹਨ, ਉਹ ਵੀ ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਰਚਨਾ ਦੇ ਅਕੋਰਡਿੰਗ ਆਪਾਂ ਆਲਰੇਡੀ ਸਾਰੇ ਡਿਸਕਸ ਕੀਤੇ ਹੋਏ ਹਨ ਕਿ ਪਰਮਾਤਮਾ ਸਾਡਾ ਪਿਤਾ ਹੈ, ਮਾਤਾ ਹੈ, ਬੰਧਪ ਹੈ, ਰਿਸ਼ਤੇਦਾਰ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਠੀਕ ਹੈ। ਔਰ ਪਰਮਾਤਮਾ ਹੀ ਹੈ ਜੋ ਕਿ ਸਾਡੇ ਜਦੋਂ ਕੋਈ ਔਖਾ ਸਮਾਂਦਾ ਤਾਂ ਸਾਡਾ ਸਹਾਈ ਬਣਦਾ ਹੈ। ਔਰ ਨਾਮ ਧਿਆਏ ਮਹਾਂ ਸੁੱਖ ਹੋਏ ਪਾਇਆ, ਪਰਮਾਤਮਾ ਦਾ ਨਾਮ ਧਿਆਨ ਨਾਲ ਕਿਹੜੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ? ਮਹਾਂ ਸੁੱਖ ਦੀ। ਔਰ ਅੰਦਰੋਂ ਕਿਹੜੀ ਗੂੰਜ ਸੁਣਾਈ ਦਿੰਦੀ ਹੈ? ਆਤਮਿਕ ਆਨੰਦ ਦੀ ਗੂੰਜ ਸੁਣਾਈ ਦਿੰਦੀ ਹੈ, ਠੀਕ ਹੈ ਬੱਚੇ। ਇਹ ਕਰਨਾ ਹੈ ਹੁਣ ਸਤਿਗੁਰ ਨਾਨਕ ਪ੍ਰਗਟਿਆ ਦੇ ਆਧਾਰ ਤੇ ਕੁਐਸਚਨਸ ਨੋਟ ਕਰ ਲਓ। ਜਿਹੜੀ ਰਚਨਾ ਆਪਾਂ ਕਰ ਚੁੱਕੇ ਹਾਂ ਭਾਈ ਗੁਰਦਾਸ ਜੀ ਨਾਲ ਰਿਲੇਟਡ ਕੁਐਸਚਨਸ ਹੋ ਗਏ ਆ। ਅਗਲਾ ਕੁਐਸਚਨ ਨੋਟ ਕਰੋ, ਸਤਿਗੁਰ ਤੋਂ ਕੀ ਭਾਵ ਹੈ? ਸੱਚੇ ਗੁਰੂ ਕਿਹੜਾ ਅਲੰਕਾਰ ਵਰਤਿਆ ਹੈ? ਸਤਿਗੁਰ ਨਾਨਕ ਪ੍ਰਗਟਿਆ ਰਚਨਾ ਵਿੱਚ ਭਾਈ ਗੁਰਦਾਸ ਜੀ ਨੇ ਕਿਹੜਾ ਅਲੰਕਾਰ ਵਰਤਿਆ? ਬੋਲੋ, ਕੌਣ ਬੋਲੇਗਾ ਕਿਹੜਾ ਅਲੰਕਾਰ? ਹਾਂਜੀ ਬੇਟੇ ਦਿਵਿਆਂਸ਼, ਕਿਹੜਾ ਅਲੰਕਾਰ ਵਰਤਿਆ ਬੱਚੇ? ਵਿਸਮ, ਦ੍ਰਿਸ਼ਟਾਂਤ ਅਲੰਕਾਰ। ਕਿਹੜਾ ਕਿਹੜਾ ਦ੍ਰਿਸ਼ਟਾਂਤ ਦਿੱਤਾ ਉਹ ਆਪਾਂ ਪੜ੍ਹਿਆ ਹੀ ਹੈ। ਸਿੰਘ ਸ਼ੇਰ ਦੀ ਦ੍ਰਿਸ਼ਟਾਂਤ ਦਿੱਤੀ ਹੈ, ਮਿਰਗਾਵਲੀ ਦਾ ਦ੍ਰਿਸ਼ਟਾਂਤ ਦਿੱਤਾ, ਉਦਾਹਰਣਾਂ ਜਿਹਨੂੰ ਕਹਿੰਦੇ ਨੇ, ਸੂਰਜ ਦਾ ਦ੍ਰਿਸ਼ਟਾਂਤ ਦਿੱਤਾ। ਜਿਸ ਤਰ੍ਹਾਂ ਸੂਰਜ ਨਿਕਲਣ ਨਾਲ ਕੀ ਹੋ ਜਾਂਦਾ ਹੈ? ਕੋਈ ਦੱਸ ਸਕਦਾ ਸੂਰਜ ਨਿਕਲਣ ਨਾਲ ਕੀ ਹੁੰਦਾ? ਮਹਿਕ। ਵਨ ਮਾ ਕੁਸ਼ਚਨ, ਸੂਰਜ ਨਿਕਲਣ ਨਾਲ ਕੀ ਹੁੰਦਾ ਹੈ? ਹਨੇਰਾ ਘਟ ਜਾਂਦਾ ਹੈ। ਤਾਨੀਆ, ਚਾਨਣਾ ਹੋ ਜਾਂਦਾ ਹੈ। ਹਾਂਜੀ, ਰਾਤ ਦਾ ਹਨੇਰਾ, ਅੰਧੇਰ, ਪਲੋਆ। ਪਲੋਆ ਦਾ ਕੀ ਅਰਥ ਹੈ? ਦੂਰ ਹੋ ਜਾਂਦਾ ਹੈ, ਅੰਧੇਰ ਮੀਨਸ ਹਨੇਰਾ, ਦੂਰ ਹੁੰਦਾ ਹੈ, ਤਾਰੇ ਛਿਪ ਜਾਂਦੇ ਹਨ ਤੇ ਚਾਨਣ। ਤੇ ਇਸੇ ਤਰ੍ਹਾਂ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਕੀ ਸਮਝਾਇਆ? ਬੋਲੋ ਅਗਲਾ ਕੁਸ਼ਚਨ। ਵਨ ਵਾਕ, ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਕੀ ਸਮਝਾਇਆ? ਵਨੀਤਾ, ਸ੍ਰਿਸ਼ਟੀ, ਸੰਯਮ। ਕੀ ਸਮਝਾਇਆ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ? ਯੈਸ ਦਿਵਿਆਂਸ਼, ਵਿਸਮ, ਕੀ ਸਾਰੇ ਦੁੱਖ ਰੋਗ ਤੇ ਜਿਸਮ ਦੀ ਤਾਂ ਆਵਾਜ਼ ਹੀ ਨਹੀਂ ਆਉਂਦੀ, ਮਿਟ ਜਾਂਦੀ ਹੈ ਜਿਸਮ। ਸਪੀਕ ਲਾਊਡਲੀ, ਕਿ ਸਾਰੇ ਅਗਿਆਨਤਾ, ਰੋਗ ਤੇ ਦੁੱਖ ਮਿਟ ਜਾਂਦੇ ਹਨ। ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਜਿੱਦਾਂ ਸੂਰਜ ਨਿਕਲਣ ਨਾਲ ਰਾਤ ਦਾ ਹਨੇਰਾ ਦੂਰ ਹੁੰਦਾ ਤੇ ਚਾਨਣ ਫੈਲਦਾ, ਉਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦੀ ਧੁੰਦ ਮਿਟ ਗਈ, ਪਾਪਾਂ ਦੀ ਧੁੰਦ ਮਿਟ ਗਈ, ਜ਼ੁਲਮਾਂ ਦਾ ਨਾਸ਼ ਹੋ ਗਿਆ ਤੇ ਰੱਬੀ ਗਿਆਨ ਦਾ ਚਾਨਣ ਫੈਲ ਗਿਆ। ਨੈਕਸਟ ਕੁਸ਼ਚਨ ਇਜ਼,
सिंह दी गर्ज तो की पावै, सिंह बुके दी आवाज सुन के किसा धीरज टुट जांदा है, शेरां दी गर्ज सुन के किसा धीरज टुट जांदा है। मिरगावली, मिरगावली दा अर्थ दसो। अगेन तानिया ही देगी आंसर। हिरना दी तार, हिरना दी कतार दौड़ जांदी है। किदी भबक सुन के? शेरां, शेरां दी गर्ज सुन के, क्योंकि उन्हां दा धीरज नहीं बनता, हौसला नहीं बनता। पर गुरु नानक देव जी ने उदाहरण दे के की समझाया कि कमजोर निताने हो चुके लोकां दे अंदर धीरज पैदा किया, जड़े जुल्मां दा शिकार होए सन, जालम हाकमां दे, जालम शासकां दे जुल्मां दा शिकार होए लोकां दे अंदर, भोले भाले लोकां दे अंदर जिंदगी जीउण दा नवा हौसला पैदा किया। नेक्स्ट क्वेश्चन, गुरु नानक देव जी ने जिथे भी पैर रखा वह जगह की बन गई? रब्बी ज्ञान दा चरण फैल गया मेरे पैर, जिथे जिथे पैर रखा वह जगह पूजन योग बन गई। पूजन योग वह थां सेवकां लई की बनी? पूजन योग। गुरु नानक देव जी ने केड़ी केड़ी जगह नूं तारिया? चार चक, चार चक मीन्स चारे दिशावां, नौ खंड, सारा ब्रह्मांड ही किस नाल तार दिता? सच दे उपदेश नाल। एक एक लाइन चो तीन तीन क्वेश्चन बनते हैं। किसने तारिया? गुरु नानक देव जी ने। किसनूं तारिया? चार दिशावां, नौ खंड मीन्स भाव सारे ब्रह्मांड नूं। किस नाल तारिया? सच दे उपदेश नाल। घर घर विच की होण लग पिया गुरु नानक देव जी के प्रगट होण नाल? घर घर की बन गया ते की होण लग पिया? कीर्तन होने लग पिया। हाँ, ते घर घर धर्मशालावां बन गईयां ते परमात्मा दी महिमा दा कीर्तन होने लग पिया। नेक्स्ट, गुरु नानक देव जी दे जन्म नाल संसार विच कहदा प्रकाश होया? कहदा प्रकाश होया? ज्ञान दा। केड़े ज्ञान दा? रब्बी ज्ञान। यस, ते केड़ा केड़ी चीज दूर हुई है संसार विचों? अज्ञानता। अज्ञानता। यस, अज्ञानता दा हनेरा, पापां दी धुन, जुल्मां दा नाश। ठीक है, गुरु नानक देव जी केड़े समय विच प्रगट होए? गुरमुख कल विच प्रगट होआ। इस तुक दा की भाव है? यही आंसर है। केड़े युग विच प्रगट होए? केड़े किस समय प्रगट होए? यस, कलयुग दे समय। कलयुग दे समय। कलयुग दा समा कियो जा हुंदा, ये दस सकदे हो? कलयुग दा समा कियो जा हुंदा? अज्ञानता नाल भरिया होया। यस, कलयुग दा समा हुंदा जिथे पाप हो रहे होन, पाप ही पाप फैले हुए होन, जिथे रब्बी ज्ञान दी कोई किरण नजर ना आए। हिरना दी डार दा धीरज कदों टुट जांदा है? शेर दी गर्ज सुन के। यस, शेरां दी गर्ज सुन के। क्लियर है बेटे? एक क्वेश्चन। यस, हां, वन मार्क क्वेश्चन। यस, हुन अपन नानक दुखिया सब संसार लेख चंगी तरह समझ लिए? यस, नोट करो अपनी फेयर नोटबुक ते, नानक दुखिया सब संसार। पॉइंट्स नोट करो ते कोटेशंस। भूमिका ऑलरेडी कीती हुई है, मनजीत ते जगदीश जो कीती सी। कौन बोलेगा तुक दा अर्थ? नेक्स्ट, संसार दुखां दा घर है, तरह तरह के दुख दसने इहदे विच। संसार, सारा संसार ही दुखां दा विच घिरिया होया। इस तों पहलां कोटेशन लिखनी है, इत्थे कोटेशन लिखनी है। फरीदा, मैं जाणिया दुख मुझ को। संसार दुखां दा घर है, इस तों पहलां ते तुक दा अर्थ तो बाद। मैं जानिया दुख मुझको, दुख सबाया जब उच्चे चढ़ के देखिया कर करे हा अग। नेक्स्ट, दुखा दा मूल कारण, मूल कारण की है? इच्छावां दी पूर्ति विच वाधा, इच्छावां दा वधना। इच्छावां दी पूर्ति नहीं हुंदी तां इंसान की हुंदा है? दुखी हुंदा है। ते जदों
ਇੱਛਾਵਾਂ ਦੀ ਪੂਰਤੀ ਹੋ ਵੀ ਜਾਂਦੀ ਤਾਂ ਵੀ ਇਨਸਾਨ ਦੁਖੀ ਹੁੰਦਾ ਔਰ ਦੱਸ ਸਕਦਾ ਕਿਉਂ ਦੁਖੀ ਹੁੰਦਾ ਪਾਰਥ ਦੀ ਦੇਖੋ ਕਿੰਨੀ ਲੇਟ ਐਂਟਰੀ ਹੈ ਕਿ ਸਿਰਫ 10 ਮਿੰਟ ਰਹਿ ਗਏ ਔਰ ਪਾਰਥ ਨੇ ਨਾ ਸਰਟੀਫਿਕੇਟ ਭੇਜਿਆ ਬੇਟੇ ਲੋਰੀ ਕੰਟੈਸਟ ਦਾ ਔਰ ਨਾ ਹੀ ਹੋਮਵਰਕ ਸੈਂਡ ਕੀਤਾ ਪਾਰਥ ਹਾਂਜੀ ਬਿਟਸਮ ਕੋਈ ਦੱਸ ਸਕਦਾ ਕਿ ਜਦੋਂ ਨਾਲ ਯੈਸ ਇੱਛਾਵਾਂ ਦੀ ਪੂਰਤੀ ਹੋਣ ਤੋਂ ਬਾਅਦ ਵੀ ਉਹ ਦੁਖੀ ਹੈ ਫਿਰ ਕਿਹੜਾ ਦੁੱਖ ਹੈ ਹੰਕਾਰ ਵੱਧ ਜਾਂਦਾ ਉਹਦੇ ਅੰਦਰ ਕਹਿੰਦਾ ਮੇਰੇ ਤੋਂ ਸਿਆਣਾ ਕੋਈ ਨੀ ਮੇਰੇ ਅੱਗੇ ਕੋਈ ਟਿੱਕ ਹੀ ਨਹੀਂ ਸਕਦਾ ਹੰਕਾਰ ਇਹੋ ਜਿਹਾ ਦੁੱਖ ਹੈ ਹੰਕਾਰਿਆ ਸੋ ਮਾਰਿਆ ਜਿਹੜਾ ਇਨਸਾਨ ਨੂੰ ਜੀਣ ਹੀ ਨਹੀਂ ਦਿੰਦਾ ਠੀਕ ਹੈ ਹੁਣ ਅਗਲਾ ਪੁਆਇੰਟ ਕੀ ਦੇਣਾ ਜਦੋਂ ਦੁੱਖਾਂ ਦਾ ਮੂਲ ਕਾਰਨ ਪਤਾ ਲੱਗ ਗਿਆ ਇੱਛਾਵਾਂ ਦਾ ਪੂਰਤੀ ਦਾ ਪਤਾ ਲੱਗ ਗਿਆ ਕਿ ਇੱਛਾਵਾਂ ਵਿੱਚ ਵਾਧਾ ਹੁੰਦਾ ਫਿਰ ਆਪਾਂ ਕਹਿਣਾ ਦੁੱਖ ਸੁੱਖ ਜੀਵਨ ਦੇ ਹਿੱਸੇ ਨੇ ਦੁੱਖ ਸੁੱਖ ਜੀਵਨ ਦੇ ਦੋ ਪਹਿਲੂ ਨੇ ਦੁੱਖ ਆਏਗਾ ਤਾਂ ਸੁੱਖ ਦੀ ਆਸ ਬੱਜੇਗੀ ਜੀਵਨ ਦੇ ਹਿੱਸੇ ਫਿਰ ਹੈ ਜਦੋਂ ਜੀਵਨ ਦੇ ਹਿੱਸੇ ਪਤਾ ਲੱਗ ਗਏ ਤਾਂ ਦੁੱਖ ਕੀ ਹੈ ਦੁੱਖ ਦਾਰੂ ਹੈ ਗੁਰਬਾਣੀ ਵਿੱਚ ਆਉਂਦਾ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ ਫਿਰ ਦੁੱਖ ਦਾਰੂ ਹੈ ਤਾਂ ਫਿਰ ਦਵਾਈ ਹੈ ਇੱਕ ਦੁੱਖ ਕਿਉਂਕਿ ਜਦੋਂ ਦੁੱਖ ਆਉਂਦਾ ਕਿਵੇਂ ਦਵਾਈ ਹੈ ਸੁੱਖਾਂ ਲਈ ਸੰਘਰਸ਼ ਕਰਨ ਦੇ ਲਈ ਉਤਸ਼ਾਹ ਪੈਦਾ ਹੁੰਦਾ ਕਿ ਆਪਾਂ ਦੁੱਖਾਂ ਚੋਂ ਨਿਕਲਣਾ ਤੇ ਦੁੱਖ ਦਾਰੂ ਦੇ ਲਈ ਕੀ ਸਾਧਨ ਹੈ ਪ੍ਰਭੂ ਦਾ ਸਿਮਰਨ ਅਗਲਾ ਕੀ ਆਉਣਾ ਪ੍ਰਭੂ ਦਾ ਸਿਮਰਨ ਤੇ ਸੱਚ ਦਾ ਮਾਰਗ ਲਾਸਟ ਤੇ ਆਉਣਾ ਸਾਰੰਸ਼ ਔਰ ਸੱਚ ਦਾ ਮਾਰਗ ਦੇ ਵਿੱਚ ਇੱਥੇ ਕੋਟੇਸ਼ਨ ਆਉਣੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇੱਥੇ ਕੋਟੇਸ਼ਨ ਆਉਣੀ ਹੈ ਦੁੱਖਾਂ ਦਾ ਮੂਲ ਕਾਰਨ ਵਿੱਚ ਕੀ ਆਉਣੀ ਹੈ ਕੋਟੇਸ਼ਨ ਹੋਮੇ ਵਿੱਚ ਜਗ ਉਪਜੇ ਪੁਰਖਾ ਹੋਮੇ ਵਿੱਚ ਜਗ ਉਪਜੇ ਪੁਰਖਾ ਪੁਰਖਾ ਮੀਨਸ ਇਨਸਾਨ ਨਾਮ ਵਿਸਰੀਐ ਨਾਮ ਵਿਸਰੀਐ ਦੁੱਖ ਪਾਈਏ ਦੁੱਖ ਪਾਈ ਜਿਹਨੇ ਨਾਮ ਵਿਸਾਰਤਾ ਉਹਨੂੰ ਦੁੱਖ ਪ੍ਰਾਪਤ ਹੋਣਾ ਉਹਨੂੰ ਦੁੱਖ ਮਿਲਣਾ ਫਿਰ ਐਂਡ ਤੇ ਕੀ ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਸੋ ਸੁਖਿਆ ਜਿਸ ਨਾਮ ਅਦਾ ਇਹ ਮਹਾਂਪੁਰਖ ਦੀ ਕਹਾਵਤ ਹੈ ਇਹਦੇ ਨਾਲ ਦੁੱਖ ਜੋੜੀ ਹੈ ਕਿ ਜਿਹੜੇ ਇਨਸਾਨ ਦੇ ਅੰਦਰ ਸੁੱਖ ਉਸਨੂੰ ਪ੍ਰਾਪਤ ਹੋਣਾ ਜਿਹਨੇ ਨਾਮ ਨੂੰ ਆਧਾਰ ਬਣਾ ਲਿਆ ਨਾਮ ਨੂੰ ਓਟ ਆਸਰਾ ਬਣਾ ਲਿਆ ਆਪਣਾ ਇਹ ਸਾਰੇ ਪੁਆਇੰਟਸ ਨੇ ਹੁਣ ਆਪਾਂ ਇਹਨਾਂ ਨੂੰ ਐਕਸਪਲੇਨ ਕਰੀਏ ਅੱਛੀ ਤਰ੍ਹਾਂ ਧਿਆਨ ਨਾਲ ਦੇਖਿਓ ਆਪਣੀ ਬੁੱਕ ਤੋਂ ਵੀ ਰੀਡ ਕਰ ਲਿਓ ਤੁਹਾਡੀ ਤੁਹਾਡੇ ਕੋਲ ਰੀਡਿੰਗ ਲਈ ਨਾ ਬੁੱਕ ਦੇ ਵਿੱਚ ਸਾਰਾ ਕੰਟੈਂਟ ਦਿੱਤਾ ਹੋਇਆ ਉਹਨੂੰ ਰੀਡਿੰਗ ਕਰਨੀ ਹੁੰਦੀ ਹੈ ਤੇ ਆਪਣੀ ਸੈਲਫ ਫਰੇਮਿੰਗ ਹੈ ਤੁਹਾਡੀ ਆਪਣੀ ਲੈਂਗੁਏਜ 'ਚ ਇਹਨੂੰ ਲਿਖਣਾ ਕਿਵੇਂ ਲਿਖਣਾ ਇੰਟਰੋਡਕਸ਼ਨ ਪਹਿਰਾ ਤੁਹਾਨੂੰ ਪਤਾ ਹੀ ਹੈ ਇਹ ਸੰਸਾਰ ਪਰਮਾਤਮਾ ਦੀ ਕ੍ਰੀਏਸ਼ਨ ਹੈ ਪਰਮਾਤਮਾ ਨੇ ਸਿਰਜਿਆ ਤੇ ਮਨੁੱਖ ਹੀ ਜੀਵਨ ਅਨਮੋਲ ਦਾਤ ਹੈ ਪਰ ਮਨੁੱਖ ਇੱਥੇ ਆ ਕੇ ਦੁੱਖਾਂ ਵਿੱਚ ਘਿਰ ਗਿਆ ਕਿਉਂ ਕਿਉਂਕਿ ਉਹਦਾ ਮਨ ਤੇ ਕਾਬੂ ਨਹੀਂ ਰਿਹਾ ਨਿਮਰਤਾ ਦਾ ਗੁਣ ਗਵਾ ਬੈਠਾ ਦੁਨਿਆਵੀ ਮੋਹ ਮਾਇਆ ਦੇ ਜੰਜਾਲ ਵਿੱਚ ਫਸ ਗਿਆ ਤੇ ਦੁੱਖਾਂ ਵਿੱਚ ਘਿਰਨਾ ਤਾਂ ਉਸਦਾ ਕੁਦਰਤੀ ਸੀਗਾ ਕਿਉਂਕਿ ਨਾਮ ਤਾਂ ਉਹਦੇ ਨੇੜੇ ਹੀ ਨਹੀਂ ਰਿਹਾ ਉਹਨੇ ਤਾਂ ਮੋਹ ਮਾਇਆ ਦੇ ਜੰਜਾਲ ਵਿੱਚ ਇੰਨਾ ਫਸਿਆ ਇੱਕ ਇੱਛਾ ਪੂਰੀ ਹੋਈ ਦੂਜੀ ਦੇ ਮਗਰ ਪੈਸੇ ਦੀ ਦੌੜ ਲੱਗ ਗਈ ਪੈਸਾ ਕਮਾਉਣਾ ਹੈ ਕਿ ਉਹਦੇ ਮਨ ਵਿੱਚ ਇਹ ਸੋਚ ਪੈਦਾ ਹੋ ਗਈ ਕਿ ਪੈਸਾ ਕਮਾਉਣ ਨਾਲ ਹੀ ਦੁਨਿਆਵੀ ਪਦਾਰਥ ਖਰੀਦੇ ਜਾ ਸਕਦੇ ਆ ਪਰ ਉਹ ਇਹ ਭੁੱਲ ਗਿਆ ਕਿ ਕੀ ਪੈਸਾ ਕਮਾਉਣ ਨਾਲ ਮਨ ਦੀ ਸ਼ਾਂਤੀ ਖਰੀਦੀ ਜਾ ਸਕਦੀ ਹੈ ਉਹਨੂੰ ਇਸ ਗੱਲ ਦੀ ਤਾਂ ਸੋਝ ਹੀ ਨਹੀਂ ਰਹੀ ਇਹ ਲਾਈਨਾਂ ਲਿਖਣੀਆਂ ਨੇ ਫਿਰ ਤੁੱਕ ਦਾ ਅਰਥ ਨਾਨਕ ਦੁਖਿਆ ਸਭ ਸੰਸਾਰ ਗੁਰੂ ਨਾਨਕ ਦੇਵ ਜੀ ਦੀ ਵਿਚਾਰੀ ਤੁੱਕ ਹੈ ਜਿਸ ਵਿੱਚ ਉਹਨਾਂ ਨੇ ਇੱਕ ਅਟਲ ਸੱਚਾਈ ਬਿਆਨ ਕੀਤੀ ਹੈ ਕਿ ਇਸ ਸੰਸਾਰ ਦੇ ਵਿੱਚ ਸਾਰੇ ਹੀ ਪ੍ਰਾਣੀ ਜਗਤ ਦੇ ਸਾਰੇ ਹੀ ਜੀਵ ਦੁਖੀ ਹਨ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਹੈ ਪਰ ਹਰ ਕੋਈ ਸਮਝਦਾ ਕਿ ਉਸਦਾ ਦੁੱਖ ਸਭ ਤੋਂ ਜ਼ਿਆਦਾ ਵੱਡਾ ਹੈ ਇਸ ਗੱਲ ਨੂੰ ਫਰੀਦ ਜੀ ਨੇ ਸਪਸ਼ਟ ਕੀਤਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਭਾਇਆ ਜਗ ਉੱਚੇ ਚੜ੍ਹ ਕੇ ਦੇਖਿਆ ਘਰ ਕਰੇ ਆ ਕਿ ਕਦੀ ਦੁਖੀ ਆਪਣੇ ਆਪ ਨੂੰ ਨਾ ਸਮਝੋ ਜਿਹੜਾ ਇਨਸਾਨ ਦੁਖੀ ਸਮਝਦਾ ਨਾ ਆਪਣੇ ਆਪ ਨੂੰ ਇੱਕ ਵਾਰੀ ਇੱਕ ਹੋਸਪਿਟਲ ਦਾ ਚੱਕਰ ਲਾਇਆ ਉਹਨੂੰ ਸੈਟਿਸਫੈਕਸ਼ਨ ਹੋ ਜਾਏਗੀ ਤੇ ਫਿਰ ਉਹ ਵਾਹਿਗੁਰੂ ਦਾ ਸ਼ੁਕਰ ਕਰੇਗਾ ਵਾਹਿਗੁਰੂ ਤੂੰ ਤਾਂ ਮੈਨੂੰ ਦੁੱਖਾਂ ਤੋਂ ਬਚਾ ਕੇ ਰੱਖਿਆ ਤੁਸੀਂ ਤਾਂ ਪ੍ਰਾਰਥਨਾ ਲੇਖ 'ਚ ਪੜ੍ਹਿਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਜਦੋਂ ਦੁੱਖ ਆਉਂਦਾ ਤਾਂ ਉਹ ਕਿਹਨੂੰ ਧਿਆਉਂਦੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ
एक कैदी वह भी एक दुखी समा कटने लिए एक कैद के दौरान पोथी पढ़ रहा है, उस पोथी को पढ़ के उसका व्यवहार बदल गया। ऐसा मतलब जिंदगी विच दुख आन गए तो सुखां दी आस बचेगी। दुख सुख तो जीवन के दो पहलू ने। हुण आपां गल करिए संसार दुखां दा घर किवें है। पहला तुकदार संसार तो दुखां दा घर है। हर प्राणी संसार का तरह तरह के दुखों में घिरिया होया। वख वख किस्मां दे दुख ने, एक कुदरती दुख, एक आप सहेड़े दुख, एक मानसिक दुख, एक शरीरक दुख। तीन कैटागरी तो है ही गई है ना, शरीरक, मानसिक ते कुदरती। धनवान व्यक्ति है जिहड़ा अमीर व्यक्ति है उन्हें भी वख वख किस्मां दे दुख हुंदे ने। उन्हां दा दुख वखरी किस्म दा हुंदा है, क्योंकि वह कि वखरी किस्म का दुख हुंदा ना, मानसिक चिंता डिप्रैशन। एक गरीब है, गरीब व्यक्ति को दुख है कि उसकी आर्थिक जरूरत ही पूरी नहीं हो रही। वो तो बहुत परेशान है, गरीब का बेचारा, जिसकी जीवन दौड़ा जी जीवन दौड़ा कहते रोटी कपड़ा और मकान। एक पेट की भुख पूरी करने रोटी चाहिए है, एक तन ढकने कपड़ा चाहिए, एक रहने लिए जगह चाहिए। आ तीन जीवन दौड़ा ने, बाकी तो सारा लग्जरी चाहता है। पर इंसान कहता नहीं नहीं, आ तीन लोड़ा तो पूरी हुई हुई, सानू तो ऐश इशरत वाला जीवन चाहिए, उहदे लई गरीबां का खून चूसिया जाए ते अपनी जेबां भरिया जा। आर्थिक तंगियां करके गरीब परेशान है, उसनू चिंता है कि घर दीआं इच्छावां नहीं पूरियां हुंदीआं, इच्छावां की पूर्ति नहीं हुंदी। इस तरह का दुख का संबंध जिहड़ा है वह गरीब श्रेणी नाल है, किसी किस्म की अमीरी गरीबी नाल नहीं हुंदा। बल्कि दुख तो मनुख ने आप सहेड़े हन, आप सहेड़े ने। कई दुख जे हन जिहड़े अमीर ते गरीबां दे सांझे ने। वो किहड़े दुख ने जिहड़े अमीर ते गरीबां दे सांझे ने, कोई दस सकदा? यस बेटे, तुहाडे च कौन दसेगा जिहड़े अमीर ते गरीबां दे दुख सांझे ने, जिहड़े सब नूं आंदे ने? कौन बोलेगा? आ कोरोना वायरस अमीरी गरीबी देख रहे हैं? कोई हड़ आते ने, भूचाल आते ने, अमीरी गरीबी देखे? यदा मतलब जेडे कुदरती दुख आते ने वह अमीरी गरीबी नहीं देखते। जड़िया दुर्घटनावां होंदिया ने, हुण सड़क दुर्घटना विच यह थोड़ी देखना कि अमीर नूं चोट नहीं लगनी, ये अमीर है इहदी गड्डी नहीं वजनी चाहीदी, नहीं। दुर्घटनावां होनियां, घर विच बेवकत मौत हो जाने, ये नहीं देखेगा। ये सारे कुदरती दुख ने, रब ने रंग है ज्योतिष पावे दे वड़ियाई, ज्योतिष पावे दे सजाए, ये तो परमात्मा दे रंग हैं। उन्हें यह नहीं देखना है अमीर है इहदे घर तां किसी नूं दुख तकलीफ आनी नहीं चाहिए, इहदे कोल तां बहुत पैसा है, इहनूं क्यों दुख तकलीफ इहनूं छू ही नहीं सकता, इहने तां मौत खरीदी हुई। कदी हो सकता है कि किसी अमीर ने भी मौत खरीद ली होवे, किसी महापुरख ने भी? इत्थे जो आया सो चल सी, सबको आई वारी है। बेवकत चले जाना, बे औलाद होना, औलाद होके चंगी ना होना, आज्ञाकारी ना होना, औलाद दा मीन्स नेक ना होना, ये जे दुख ने, ये कदी भी किसी ते पै सकते हैं। ठीक है, इस तो इलावा अपने चुगिरदे तो पैदा हुए दुख, एवं गुआंढियां दे नाल अपनी बोलचाल माड़ी, आप ही सेड़े हुए दुख, उहदे करके एवें परेशान रहना, किराएदार ने किराया नहीं दिता उहदा दुख है ना, आले दुआले तो देख के तो आप बहुत ज्यादा परेशान हो, किसी की तरक्की नू देख के दुखी हो जाना, किसी नू घरेलू झगड़िया का दुख, किसी नू जमीना जायदादा का दुख, किसी नू धियां पुत्रां का दुख, कोई एक दुख, किसी नू नौकरी मिलन का दुख, किसी नू नौकरी मिल के चले जाण का दुख, किसी नू नौकरी के दौरान अपने जड़े अफसर ने कर्मचारी ने उन्हां नाल उहदी बोलचाल चंगी नहीं, उहदा दुख, उहदा सुभाअ चिड़चिड़ा होया, कोई एक दुख है? अनगिनत दुख ने, दुखां दा तां कोई हिसाब ही नहीं है। वर्तमान समय विच सब तो ज्यादा दुख मनुख नूं मानसिक दुख ने, ते मानसिक दुखां दा कारण, दुखां दा मूल कारण इच्छावां दी पूर्ति। हुण अगे गल करनी इच्छावां दी पूर्ति। गुरबाणी विच वी दस्या होमे हंकार, इच्छावां दा वधना, ईरखा करनी, किसे तो सड़ना, किसी की तरक्की नूं देख के बर्दाश्त ना करना, ये सब दुख आप से हिड़े हुए ने। ये इंसान के मन नूं
शांत नहीं होन दिंदे, मन नूं भटकांदे ने, जिस करके ओह हंकारी हुंदा, घर विच आया दुखी हुंदा। फिर आपां गल करिए दुख सुख जीवन दे हिस्से, दुख सुख तां जिंदगी दा हिस्सा ने, इसलिए मनुख नूं दुखां तों घबराउणा नहीं चाहीदा, बल्कि दृढ़ता नाल उहनां दा सामना करना चाहीदा। इस संसार विच कौन है जिसनूं दुख नहीं मिले? महापुरखां, पीरां, पैगंबरां, श्री रामचंद्र जी ने भी तो बनवास कट्टे, वह बनवास कट्टना भी तो एक दुख सी, कौरवां ते पांडवां की दुश्मनी भी तो एक दुख सी, शाहजहां नूं उसे पुत्रां ने कैद कर लिया सी, वह भी तो दुख सी, गुरु गोबिंद सिंह जी का परिवार सारा ही देश कौम लई शहीद करवा लिया, सरबांसी वार दिता, तत्तियां तवियां ते गुरु अर्जन देव जी नूं बिठाया गया, पर दुखां तों छुटकारा तेरा पाना मिठा लगे नाम पदार्थ नानक बन गए। गुरु अर्जन देव जी, गुरु तेग बहादुर जी ने अपने सीस का बलिदान दे दिता, हिंदू धर्म की रक्षा करता। दुख दारू सुख रोग प्यागला है, दुख दारू है, दुख दवाई है, दुख शरीर लई एक दवाई का काम करता है, दुखां विच घिरिया व्यक्ति जो प्रभु का सिमरन करता है तो सुखां की प्राप्ति लई संघर्ष करता है, तो चंगे कम्मां वल उसकी सोच जाती है, उसनू चंगे कम्मां लई नाम सिमरन प्रेरदा है, उसके अंदर दुखां तों छुटकारा पाउण लई उत्साह हिम्मत पैदा हुंदी है। हर वेले सुख भोगण दे जिहड़े आदि हो चुके ने उहनां दा तां व्यक्तिगत विकास ही रुक जांदा है, प्रभु दी सिमरन ही दुखां दा दारू है। अगला प्रभु दा सिमरन, आम जीवन च असीं देखदे ना इंसान दुखां विच आ के ना अपने आप दा साथ छड्ड दिंदा, हौसला हार जांदा, फिर कहिंदे तू काहे डोले प्राणियां, तू दराखेगा सिरजनहार, तू क्यों डोलदा? गुरबाणी कहिंदी है तैनूं तां रखण वाला सिरजनहार है, परमात्मा है। दुखां विच कोई जदों आसरा नहीं रह जांदा तां परमात्मा दा नाम आसरा दिंदा है। आपां प्रार्थना लेख च पढ़िया, जाको मुश्किल आत्मा ने ढोई कोई ना दे, लागू होए दुश्मना साख भी भज खले। उत्थे कौन है? रब दी रजा, परमात्मा दा सिमरन, मिठा करके मनना, परमात्मा दा भाणा, दुखां तों मुक्ति पाउंदे अहम साधन ने। नानक दुखिया सब संसार सो सुखिया जिस नाम आधार, प्रभु दा सिमरन ते सच दा मार्ग, क्योंकि सच्चे मार्ग चलदे आ उस तक करे जहां। फिर सारांश लिखना कि इस संसार विच दुख सुख तां जीवन दे दो पहलू ने, दो सिक्के ने, मनुख नूं दुखां तों बचण दे लई नैतिक कदरां कीमतां अपनाउणियां चाहीदियां ने, मॉरल वैल्यूज, अपना आचरण उच्चा सुच्चा रखना चाहिदा है, दुखां विच टुटना नहीं चाहिदा, दुखां दा मुकाबला करन लई महापुरखां दे जीवन तों, गुरु साहिबान दे जीवन तों प्रेरणा लैनी चाहीदी है, देश भगतां दे जीवन तों प्रेरणा लैनी चाहीदी है। सुखां दा आनंद भी दुखां नूं सहन करन तों ही बाद ही प्राप्त हो सकदा है, ते मनुख दुनियावी मोह माया नूं त्याग के उस सच्चे सुच्चे सर्वशक्तिमान अगम गोचर परमात्मा नू याद करके, परमात्मा दे बनाए हुए इंसानां नू प्यार करके ही जिंदगी विच सुख मान सकदा है, दुखां तों खलासी हो सकदी है, इस संसार भवसागर तों पार हो सकदा है। क्लियर है बेटे? ये हुण तुसीं लेख भी अपनी नोटबुक ते कर लेना, और सतगुरु नानक प्रगटिया रचना भी करनी है, ते अज दे टेस्ट लई प्रिपेयर होना है, और सब बच्चा ने अपीयर होना, गूगल फॉर्म च टेस्ट आएगा 4:00। थैंक यू सो मच।